ਹੁਣ ਅਸੀਂ ਪੀਜ਼ਾ ਟੇਸਟ ਕਰਦੇ ਹਾਂ। ਇਸ ਨੂੰ ਦਬਾਈ ਜਾਣਾ ਕਿਉਂ ਪੀਜ਼ਾ ਤੁਹਾਡਾ ਹਰੀ ਮਿਰਚ ਬਿਲਕੁਲ ਨਾ ਪਾਓ, ਬੱਚੇ ਫੋਕਾ ਹੀ ਪਸੰਦ ਕਰਦੇ, ਫਿਰ ਬਹੁਤ ਵਧੀਆ ਟੇਸਟ ਮਾੜੇ, ਫਿਰ ਪੀਜ਼ਾ ਵਿੱਚ ਮਿੱਠਾ ਆ ਜਾਏ ਅਤੇ ਫਿਰ ਆਪੀ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਤੁਹਾਨੂੰ ਪੀਜ਼ੇ ਵਾਲਾ ਆਟਾ ਗੁੰਨਣਾ ਦੱਸਣੀ ਸਿਖਾਉਂਦੀ ਹਾਂ ਵੀ ਅਸੀਂ ਕਿੱਦਾਂ ਆਟਾ ਤਿਆਰ ਕਰ ਸਕਦੇ ਹਾਂ, ਘਰ ਦੇ ਵਿੱਚ ਪੀਜ਼ੇ ਦਾ ਆਟਾ ਗੁੰਨ ਸਕਦੇ ਹਾਂ। ਬਹੁਤ ਆਸਾਨ ਤਰੀਕੇ ਨਾਲ ਗੁੰਨਿਆ ਜਾਂਦਾ ਹੈ, ਇਹ ਬਹੁਤ ਘਰ ਦਾ ਆਟਾ ਵਧੀਆ ਹੁੰਦਾ, ਘਰ ਦਾ ਗੁੱਝਿਆ ਅਤੇ ਘਰ ਦਾ ਪੀਜ਼ਾ ਬਣਿਆ। ਪਹਿਲਾਂ ਸ਼ੁਰੂ ਕਰਨੇ ਆ, ਇਹ ਮੈਂ ਮੈਦਾ ਲਿਆ, ਇਹ 2 ਕਿਲੋ ਮੈਦਾ ਹੈ, 1 ਕਿਲੋ ਦਾ ਮੈਂ ਬਣਾਵਾਂਗੀ। ਇਹ ਓਲਿਵ ਤੇਲ ਪੀਜ਼ੇ 'ਚ ਪਾਉਣ ਵਾਸਤੇ, ਇਹ ਮੈਂ ਨਮਕ ਲਿਆ 500 ਗ੍ਰਾਮ, ਮੈਂ ਪਾਣੀ ਲਿਆ ਆਟੇ ਵਾਸਤੇ ਗੁੰਨਣ ਲਈ, ਇਹ ਬਟਰ ਲਿਆ ਮੈਂ, ਕਿ ਬਟਰ ਵੀ ਪਾਵਾਂਗੀ ਥੋੜ੍ਹਾ ਜਿਹਾ, ਕਿਉਂ ਬਟਰ ਨਾਲ ਬਹੁਤ ਵਧੀਆ ਪੀਜ਼ਾ ਬਣਦਾ ਕਿ ਪੋਲਾ ਬਣਦਾ, ਨਾਲੇ ਇੱਕ ਆਪਣੇ ਆਟਾ ਬਹੁਤ ਜਲਦੀ ਤਿਆਰ ਹੁੰਦਾ। ਜੇ ਤੁਹਾਨੂੰ ਜਲਦੀ ਆਟਾ ਗੁੰਨਣ ਦੀ ਤਿਆਰੀ ਹੋਵੇ, ਤੁਸੀਂ 2 ਘੰਟੇ 'ਚ ਆਟਾ ਤਿਆਰ ਕਰਨਾ ਹੋਵੇ, ਤਾਂ ਤੁਸੀਂ ਗਰਮ ਪਾਣੀ ਪਾਉਣਾ, ਠੰਡਾ ਨਹੀਂ ਪਾਣੀ ਪਾਉਣਾ, ਹੱਥ ਲਾ ਕੇ ਦੇ ਲੈਣਾ, ਉਂਗਲ ਸਾਡਾ ਪਾਣੀ ਚੱਲਦਾ ਹੋਵੇ, ਅਤੇ ਫਿਰ ਅਸੀਂ ਇਹਦੇ 'ਚ ਹੇਫੇ ਪਾਵਾਂਗੇ, ਹੇਫਾ ਪਾਵਾਂਗੇ, ਤੁਸੀਂ ਮਿੱਠਾ ਸੋਡਾ 1 ਚਮਚ ਪਾ ਸਕਦੇ ਹੋ ਕਿਲੋ ਆਟੇ 'ਚ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਨੇ ਆ, ਕਿਲੋ ਆਟਾ ਮੈਂ ਗੁੰਨਾਂਗੀ, ਅੱਜ ਗੁੰਨਾ ਦੱਸਣੇ ਤੁਹਾਨੂੰ। ਕਿਲੋ ਆਟਾ ਮਿਲਿਆ ਮੈਂ, ਇਹ ਮੇਰਾ ਪਾਣੀ ਹੈ ਗਰਮ, ਗਰਮ ਪਾਣੀ ਕੀਤਾ ਹੈ, ਇਹਦੇ ਵਿੱਚ ਮੈਂ 1 ਚਮਚ ਨਮਕ ਪਾਵਾਂਗੀ, ਆਟੇ 'ਚ ਨਮਕ ਜ਼ਰੂਰ ਪਾਉਣਾ ਹੈ। ਆ 1 ਚਮਚ ਮੈਂ ਬਟਰ ਪਾਵਾਂਗੀ, ਬਟਰ ਪਾ ਕੇ ਆਟੇ ਦੇ ਵਿੱਚ ਮਿਕਸ ਕਰਾਂਗੀ। ਅਸੀਂ ਗਰਮ ਪਾਣੀ ਹੋਵੇ ਬਟਰ, ਅਸੀਂ ਇਹਦੇ 'ਚ ਵੀ ਘੋਲ ਸਕਦੇ ਹਾਂ ਅਤੇ ਅਸੀਂ ਆਟੇ 'ਚ ਵੀ ਘੋਲ ਸਕਦੇ ਹਾਂ। ਇਸ ਤੋਂ ਬਾਅਦ ਮੈਂ ਤੇਲ ਪਾਵਾਂਗੀ, ਤੁਹਾਨੂੰ ਦੱਸਦੀ ਹਾਂ। ਦੋ ਚਮਚ ਤੇਲ ਮੈਂ ਇਹਦੇ 'ਚ ਵੀ ਪਾ ਸਕਦੀ ਹਾਂ, ਆਟੇ 'ਚ ਵੀ, ਡਾਇਰੈਕਟ ਪਾਣੀ 'ਚ ਵੀ ਪਾ ਸਕਦੀ ਹਾਂ। ਆ ਦੇਖਣਾ, 2 ਚਮਚ ਮੈਂ ਤੇਲ ਪਾ ਲਿਆ, ਤੇਲ ਇਸ ਕਰਕੇ ਪਾਇਆ ਕਿ ਪੀਜ਼ੇ ਦਾ ਆਟਾ ਬਹੁਤ ਨਰਮ ਗੁੱਝਿਆ ਜਾਏਗਾ ਅਤੇ ਪੀਜ਼ਾ ਖਾਵਾਂਗੇ ਅਤੇ ਬਹੁਤ ਪੋਲਾ ਬਣੇਗਾ ਪੀਜ਼ਾ। ਇਹ ਨਮਕ ਘੋਲ ਲੈਂਦੇ ਹਾਂ ਅਸੀਂ, ਇਹਦੇ 'ਚ ਮੈਂ, ਤੁਸੀਂ ਮਿੱਠਾ ਸੋਡਾ ਪਾ ਸਕਦੇ ਹੋ, ਮੈਂ ਅੱਧੇ ਤੋਂ ਅੱਧਾ ਪਾਵਾਂਗੀ ਥੋੜ੍ਹਾ ਜਿਹਾ। ਅਤੇ ਇਹ ਜ਼ਿਆਦਾ ਪੂਰਾ ਨਹੀਂ ਪਾਉਣਾ, ਪੂਰਾ ਬਹੁਤ ਜ਼ਿਆਦਾ ਹੁੰਦਾ ਹੈ, ਪੂਰਾ ਇਹ ਮਤਲਬ 2-3 ਕਿਲੋ ਆਟੇ 'ਚ ਗੁੱਝ ਸਕਦਾ। ਆ ਦੇਖੋ ਪਾਣੀ ਮੈਂ ਗੁੱਸਾ ਕੀਤਾ ਹੈ, ਬਹੁਤਾ ਗਰਮ ਵੀ ਨਹੀਂ ਕਰਨਾ ਅਤੇ ਬਹੁਤਾ ਠੰਡਾ ਵੀ ਨਹੀਂ ਕਰਨਾ, ਇਹ ਉਂਗਲ ਝਲਦੇ ਹੋਵੇ ਆਪਣਾ ਪਾਣੀ। ਨਮਕ ਇਸ ਕਰਕੇ ਮੈਂ ਘੋਲ ਰਹੀ ਹਾਂ ਕਿ ਉਹ ਆਟੇ ਵਿੱਚ ਫਿਰ ਨਮਕ ਘੁੱਲਦਾ ਨਹੀਂ ਹੈਗਾ। ਉਸ ਤੋਂ ਬਾਅਦ ਹੁਣ ਮੈਂ, ਆ ਦੇਖੋ ਆਟਾ ਹੈ, ਬਟਰ, ਇਹਨੂੰ ਇਸ ਤਰ੍ਹਾਂ ਮਲ ਲਾਂਗੇ, ਸਾਰਾ ਹੀ ਮਿਕਸ ਕਰ ਲਾਂਗੇ। ਜੇ ਤੁਸੀਂ ਮਤਲਬ ਐਗ ਖਾਣਾ ਚਾਹੁੰਦੇ ਹੋ, ਖਾਂਦੇ ਹੋ, ਤੁਸੀਂ ਉਹ ਵੀ ਪਾ ਸਕਦੇ ਹੋ, ਆਇਆ ਵੀ ਪਾ ਸਕਦੇ ਹੋ, ਅੰਡਾ, ਇੱਕ ਅੰਡਾ ਵੀ ਪਾ ਸਕਦੇ ਹੋ ਅਤੇ ਥੋੜ੍ਹਾ ਜਿਹਾ ਦੁੱਧ ਵੀ ਪਾ ਸਕਦੇ ਹੋ, 2-3 ਚਮਚ ਵਿੱਚ ਦੁੱਧ ਵੀ ਪਾ ਸਕਦੇ ਹੋ, ਕਿ ਦੁੱਧ ਨਾਲ ਵੀ ਪੀਜ਼ਾ ਪੋਲਾ ਬਣਦਾ ਅਤੇ ਅੰਡੇ, ਅੰਡੇ ਨਾਲ ਤਾਂ ਬਿਲਕੁਲ ਜ਼ਿਆਦਾ ਪੋਲਾ ਹੋ ਜਾਂਦਾ ਨਾ, ਉਹਦੇ ਨਾਲ ਬਹੁਤ ਭੁਰਦਾ ਪੀਜ਼ਾ, ਬਹੁਤ ਵਧੀਆ ਬਣਦਾ। ਪਰ ਮੈਂ ਅੰਡਾ ਨਹੀਂ ਪਾ ਰਹੀ, ਮੈਂ ਸਿੰਪਲ ਗੁੰਨ ਰਹੀ ਹਾਂ। ਦੇਖੋ ਆਟਾ ਸਾਡਾ ਕਿੰਨਾ ਇਸੇ ਤਰੀਕੇ ਨਾਲ ਅਸੀਂ ਮਲਣਾ। ਇੱਕ ਮੈਂ ਤੁਹਾਨੂੰ ਦੱਸ ਰਹੀ ਹਾਂ, ਮੈਂ ਆਟਾ ਪਲਾਸਟਿਕ 'ਚ ਕੱਥ ਹੋਇਆ, ਇਹਦੇ 'ਚ ਕਿਉਂ ਗੁੰਨ ਰਹੀ ਹਾਂ, ਕਿ ਜਦੋਂ ਸਾਡਾ ਆਟਾ ਫੁੱਲ ਕੇ ਉੱਪਰ ਨੂੰ ਆਏਗਾ, ਇਹਦੇ ਨਾਲ ਬਿਲਕੁਲ ਭਾਂਡੇ ਦੇ ਨਾਲ ਨਹੀਂ ਲੱਗੇਗਾ। ਸਟੀਲ ਦਾ ਬਰਤਨ ਮੈਂ ਤਾਂ ਨਹੀਂ ਲਿਆ, ਇਸ ਕਰਕੇ ਮੈਂ ਪਲਾਸਟਿਕ ਦੇ ਵਿੱਚ ਗੁੰਨ ਰਹੀ ਹਾਂ। ਦੇਖਣਾ ਗੁੱਝ ਕੇ ਸਾਡਾ ਤਿਆਰ ਹੈ, ਦੇਖਣਾ ਪੀਜ਼ੇ ਵਾਲਾ, ਇਹਦੇ ਉੱਪਰ ਥੋੜ੍ਹਾ ਜਿਹਾ ਅਸੀਂ ਓਇਲ ਲਾ ਦਾਂਗੇ, ਤੇਲ ਇਸ ਤਰ੍ਹਾਂ ਥੋੜ੍ਹਾ ਜਿਹਾ ਲਵਾਂਗੇ ਹੱਥੇ,
ਸੰਭਾਲ ਕੇ ਇਹਦੇ ਉੱਪਰ ਲਗਾ ਕੇ ਲਾ ਕੇ ਇਹਨੂੰ ਉੱਪਰ ਐਸਾ ਇੱਦਾਂ ਕਰ ਦਾਂਗੇ ਅਸੀਂ ਇਸ ਤਰੀਕੇ ਨਾਲ ਕਿ ਜਿਹੜਾ ਸਾਡਾ ਆਟਾ 2 ਘੰਟਿਆਂ 'ਚ ਫੁੱਲ ਜੇ। ਇਹਨੂੰ ਅਸੀਂ ਹੁਣ ਗਰਮ ਜਗ੍ਹਾ 'ਤੇ ਰੱਖ ਦਾਂਗੇ ਥੋੜ੍ਹੇ ਚਿਰ, ਜਾਂ ਇਹਦੇ ਉੱਪਰ ਕੱਪੜਾ ਦੇ ਦਾਂਗੇ ਅਸੀਂ, ਕੋਈ ਪਲਾਸਟਿਕ ਵੀ ਦੇ ਸਕਦੇ ਹਾਂ ਅਤੇ ਕੱਪੜਾ ਵੀ ਦੇ ਸਕਦੇ ਹਾਂ, ਨਹੀਂ ਤਾਂ ਅਸੀਂ ਇੱਕ ਪਲੇਟ ਵੀ ਦੇ ਸਕਦੇ ਇਹਨੂੰ ਕੱਜਣ ਵਾਸਤੇ। ਇਹਨੂੰ ਇਸ ਤਰ੍ਹਾਂ ਕੱਜ ਕੇ ਅਸੀਂ ਗਰਮ ਜਗ੍ਹਾ 'ਤੇ ਧਰ ਦਾਂਗੇ ਕਿ ਸਾਡਾ 2-3 ਘੰਟੇ 'ਚ ਆਟਾ ਤਿਆਰ ਹੋ ਜਾਵੇ ਪੀਜ਼ੇ ਵਾਲਾ। ਦੇਖੋ ਸਤਿ ਸ਼੍ਰੀ ਅਕਾਲ ਦੋਸਤੋ, ਆਹ ਦੇਖੋ 3 ਘੰਟੇ ਹੋ ਗਏ ਮੇਰਾ ਆਟਾ ਗੁੰਨੇ ਨੂੰ, ਆਟਾ ਗੁੰਨ ਕੇ ਮੇਰਾ ਤਿਆਰ ਹੋ ਗਿਆ। ਆਹ ਦੇਖੋ ਫੁੱਲ ਗਿਆ ਕਿਸ ਤਰ੍ਹਾਂ, ਪੀਜ਼ੇ ਵਾਲਾ ਆਟਾ ਬਿਲਕੁਲ ਤਿਆਰ ਹੋ ਗਿਆ ਕਿ ਐਵੇਂ ਕਿਸ ਤਰ੍ਹਾਂ ਫੁੱਲਿਆ। ਹੁਣ ਮੈਂ ਤੁਹਾਨੂੰ ਸਿਖਾਉਂਦੀ ਹਾਂ ਬਾਅਦ 'ਚ ਪੀਜ਼ਾ ਬਣਾਉਣਾ ਵੀ ਪੀਜ਼ੇ ਵਾਸਤੇ ਕਿਹੜਾ ਕਿਹੜਾ ਸਮਾਨ ਚਾਹੀਦਾ। ਆਹ ਮੈਂ 2 ਸ਼ਿਮਲੀ ਮਿਰਚਾਂ ਲਈਆਂ ਨੇ, ਇੱਕ ਹਰੀ ਅਤੇ ਇੱਕ ਰੈੱਡ ਵਾਲੀ, 2 ਪਿਆਜ਼ ਕੱਟੇ ਹੋਏ ਨੇ, ਅਮਲੀ ਵੀ ਲੈ ਲਏ ਨੇ ਪਾਉਣ ਵਾਸਤੇ, ਤੇਲ ਲਿਆ, ਟ੍ਰੇ ਨੂੰ ਲਾਵਾਂਗੀ ਜਿਹਦੇ 'ਚ ਮੈਂ ਪੀਜ਼ਾ ਬਣਾਉਣਾ ਹੈ, ਅਦਰਕ, ਹਰੀ ਮਿਰਚ ਮੈਂ ਕੱਟ ਕੇ ਰੱਖੀ ਥੋੜ੍ਹੀ ਜਿਹੀ ਜ਼ਿਆਦਾ ਸੀ, ਇੱਦਾਂ ਪੀਸ ਰੱਖ ਲਿਆ ਜੇ ਲੋੜ ਪਈ ਤਾਂ। ਇਹ ਚੀਜ਼ ਲਿਆ ਮੈਂ 1/2 ਕਿਲੋ ਕੱਦੂਕਸ ਕਰਾਂਗੀ। ਤੁਸੀਂ ਪੀਜ਼ੇ 'ਚ ਜੋ ਵੀ ਮਰਜ਼ੀ ਪਾ ਸਕਦੇ, ਤੁਹਾਡੀ ਆਪਣੀ ਮਰਜ਼ੀ ਹੈ, ਬਰੋਕਲੀ ਪਾ ਸਕਦੇ ਹੋ, ਮੱਕੀ ਦੇ ਦਾਣੇ ਪਾ ਸਕਦੇ ਹੋ। ਮੈਂ ਖੁੰਬਾਂ ਵੀ ਪਾਈਆਂ ਨੇ, ਖੁੰਬਾਂ ਮੇਰੇ ਡੱਬੇ ਵਾਲੀਆਂ ਸੀ, ਉਹਨੂੰ ਮੈਂ ਭੁੰਨ ਕੇ ਬਰੀਕ ਕੱਟ ਕੇ ਰੱਖ ਲਈਆਂ, ਤਿਆਰ ਕਰ ਲਈਆਂ ਨੇ। ਜਦੋਂ ਅਸੀਂ ਭੁੰਨਣੀਆਂ ਉਹਨੂੰ ਬਿਲਕੁਲ ਬਰੀਕ ਬਰੀਕ ਕੱਟ ਲੈਣੀਆਂ, ਨਮਕ ਲਾ ਲੈਣਾ ਅਤੇ ਪਾਲਕ ਵੀ ਮੈਂ ਭੁੰਨ ਲਈ ਥੋੜ੍ਹੀ ਜਿਹੀ ਫਰਾਈ ਪੈਨ 'ਚ ਨਾ, ਭੁੰਨ ਕੇ ਰੱਖ ਲਈ ਤਿਆਰ ਕਰ ਲਈ। ਸਾਰਾ ਸਮਾਨ ਮੈਂ ਤਿਆਰ ਕਰ ਲਿਆ। ਸਭ ਤੋਂ ਪਹਿਲਾਂ ਮੈਂ ਕੇਜੇ ਰਗੜਾਂਗੀ, ਕੇਜੇ ਤਿਆਰ ਕਰਨੀ ਆ, ਚੀਸ ਪਹਿਲਾਂ ਮੈਂ ਚੀਸ ਤਿਆਰ ਕਰ ਲੈਂਦੀ ਹਾਂ। ਕੇਜੇ ਕੱਦੂਕਸ ਕਰਕੇ ਮੇਰੇ ਤਿਆਰ ਹੋ ਗਏ ਨੇ, ਡੱਬਾ ਲਿਆ ਟਮਾਟਰ ਵਾਲਾ, ਇਹਦੀ ਮੈਂ ਪੀਜ਼ੇ ਵਾਲੀ ਸੌਸ ਬਣਾਵਾਂਗੀ। ਇੱਕ ਚਮਚ ਮੈਂ ਨਮਕ ਪਾਵਾਂਗੀ ਛੋਟਾ, ਥੋੜ੍ਹੀ ਮੈਂ ਰਗਾਨ ਪਾਵਾਂਗੀ, ਇਹ ਤੇਲ ਮੈਂ ਪਾਵਾਂਗੀ ਐਵੇਂ 2-4 ਬੂੰਦਾਂ, ਕਿ ਜ਼ਰੂਰੀ ਤੇਲ ਜ਼ਰੂਰ ਪਾਈਦਾ। ਗ੍ਰੈਂਡ ਕਰਾਂਗੇ, ਬਹੁਤ ਬਰੀਕ ਨਹੀਂ ਕਰਨੀ, ਮਾੜੀ ਮਾੜੀ ਕਰਨੀ, ਮੋਟੀ ਮੋਟੀ ਰੱਖਣੀ, ਦੇਖਿਓ ਜ਼ਿਆਦਾ ਕਰਾਂਗੇ ਤਾਂ ਫਿਰ ਪਤਲੀ ਬਹੁਤ ਹੋ ਜਾਏਗੀ, ਹੈ ਨਾ। ਰੈਸਟੋਰੈਂਟ 'ਚ ਇਹ ਸੌਸ ਇਸ ਤਰੀਕੇ ਦੀ ਬਣਦੀ ਹੈ। ਸੌਸ ਹੋ ਗਈ ਮੇਰੀ ਤਿਆਰ, ਹੁਣ ਪੀਜ਼ੇ 'ਚ ਕਿਹੜਾ ਸਮਾਨ ਪਾਉਣਾ ਚਾਹ ਜ਼ਰੂਰੀ ਹੈ, ਜੋ ਵੀ ਤੁਹਾਡਾ ਮਨ ਕਰਦਾ ਤੁਸੀਂ ਪਾ ਸਕਦੇ ਹੋ, ਜੋ ਵੀ ਖਾਣਾ ਚਾਹੁੰਦੇ ਹੋ, ਮੱਕੀ ਦੇ ਦਾਣੇ ਵੀ ਪਾ ਸਕਦੇ ਹੋ, ਉਬਲੇ ਰਾਜਮਾਂਹ ਵੀ ਪਾ ਸਕਦੇ ਹੋ, ਤੁਸੀਂ ਅਨਾਨਾਸ ਵੀ ਪਾ ਸਕਦੇ ਹੋ, ਜੋ ਵੀ ਤੁਹਾਡਾ ਦਿਲ ਕਰਦਾ। ਇਹ ਮੈਂ ਸ਼ਿਮਲੀ ਮਿਰਚਾਂ ਲਈਆਂ ਨੇ, ਇਹ ਮੈਂ ਪਾਲਕ, ਇਹ ਹਰੀ ਮਿਰਚ ਤੁਹਾਨੂੰ ਦੱਸਿਆ, ਹਰੀ ਮਿਰਚ ਅਤੇ ਅਦਰਕ, ਅਤੇ ਇਹ ਮੈਂ ਖੁੰਬਾਂ ਡੱਬੇ ਵਾਲੀਆਂ ਨੇ ਕੱਟ ਕੇ ਰੱਖੀਆਂ ਬਰੀਕ ਬਰੀਕ ਕਰਕੇ ਭੁੰਨ ਕੇ, ਇਹ 2 ਪਿਆਜ਼ ਨੇ, ਇਹ ਮੈਂ 2 ਪੀਸ ਅਨਾਨਾਸ ਦੇ ਲਏ ਨੇ, ਅਨਾਨਾਸ ਮੈਂ ਇਸ ਕਰਕੇ ਪਾ ਲਈਆਂ, ਕਈ ਵਾਰ ਮਿਰਚ ਤੇਜ਼ ਹੁੰਦੀ ਵਿੱਚ ਮਿੱਠਾ ਆ ਜਾਵੇ ਅਤੇ ਪੀਜ਼ੇ ਦਾ ਬਹੁਤ ਟੇਸਟੀ ਲੱਗਦਾ, ਅਤੇ 1 ਮਜ਼ਰੇਲਾ ਚੀਜ਼ ਮਜ਼ਰੇਲਾ, ਇਹਨੂੰ ਵੀ ਬਰੀਕ ਬਰੀਕ ਕੱਟਾਂਗੀ ਮੈਂ, ਇਹ ਲੀ ਵੀ ਪਾ ਸਕਦੀ ਹਾਂ। ਅੱਛਾ, ਉਸ ਤੋਂ ਬਾਅਦ ਮੈਂ ਦੱਸਦੀ ਹਾਂ ਆਹ ਵੀ ਛਾਫ ਕੇ ਜੇ, ਜਿਸ ਤਰ੍ਹਾਂ ਪਨੀਰ ਨਹੀਂ ਹੁੰਦਾ, ਪਨੀਰ ਜੈਸੇ ਹੁੰਦੇ ਨੇ, ਨਮਕ ਵਾਲੇ ਹੁੰਦੇ ਜਿਹਦੇ ਨਮਕ ਬਹੁਤ ਹੁੰਦਾ, ਥੋੜ੍ਹੇ ਥੋੜ੍ਹੇ ਮੈਂ ਇਹ ਪਾਵਾਂਗੀ। ਪੀਜ਼ਾ ਵੀ ਇਹਨਾਂ ਦੱਸਦੀ ਹਾਂ, ਵੱਡੀ ਟ੍ਰੇ ਨੇ, ਮੈਂ ਤੇਲ ਲਾਵਾਂਗੀ, 4 ਗੁੱਠਾਂ 'ਚ ਅਸੀਂ ਤੇਲ ਲਾਵਾਂਗੇ, ਸਭ ਤੋਂ ਪਹਿਲਾਂ ਅਸੀਂ ਪੀਜ਼ਾ ਵੇਲਣੇ ਹਾਂ। ਪੀਜ਼ੇ ਵਾਸਤੇ ਸੁੱਕਾ ਆਟਾ ਪੇੜਾ ਲੈਂਦੇ ਹਾਂ ਅਸੀਂ, ਥੋੜ੍ਹਾ ਜਿਹਾ ਹੋਰ ਲੈਂਦੇ ਹਾਂ, ਟ੍ਰੇ ਵੱਡੀ ਹੈ ਨਾ ਇਸ ਕਰਕੇ, ਪੀਜ਼ੇ ਵਾਲੇ ਪੇੜਾ ਇਹ ਮੈਂ ਇਕੱਠਾ ਕਰ ਲਿਆ। ਹੁਣ ਸੁੱਕਾ ਆਟਾ ਪਾਉਂਦੇ ਥੱਲੇ, ਦੇਖਣਾ ਸੁੱਕਾ ਆਟਾ ਲਾ ਕੇ ਇਸ ਨੂੰ ਅਸੀਂ ਹੱਥ ਨਾਲ ਦਬਾਉਣਾ,
ਬਹੁਤ ਸਾਫ ਤਰੀਕੇ ਨਾਲ ਬਣ ਜਾਂਦਾ ਦੇਖੋ ਇਹ ਵੇਲ ਕੇ ਪੀਜ਼ੇ ਨੂੰ ਮੇਰੀ ਟਰੇ ਵੱਡੀ ਹੈ ਪੀਜ਼ੇ ਵਾਲੀ ਇਸ ਕਰਕੇ ਮੈਂ ਵੱਡਾ ਪੇੜਾ ਲਿਆ ਤੁਸੀਂ ਛੋਟੀ ਤੁਹਾਡੀ ਛੋਟੀ ਟਰੇ ਆ ਤੁਸੀਂ ਛੋਟਾ ਪੇੜਾ ਲੈ ਸਕਦੇ ਠੀਕ ਹੈ ਕਿਵੇਂ ਪੀਜ਼ਾ ਵੀ ਲੈ ਜਾਂਦਾ ਤਾਂ ਰੋਟੀ ਬਣਾਈ ਦੀ ਕਿ ਉਹ ਆਟੇ ਦੀ ਮਿਹਰਬਾਨੀ ਹੈ ਜੇ ਤੁਹਾਡਾ ਵੱਡਾ ਪੇੜਾ ਹੋ ਗਿਆ ਵੇ ਟਰੇ ਤੋਂ ਤੁਸੀਂ ਇਹਨੂੰ ਕੱਟ ਵੀ ਸਕਦੇ ਹੋ ਪੀਜ਼ੇ ਛੋਟਾ ਕਰ ਸਕਦੇ ਕੱਟ ਕੇ ਦੇਖਿਓ ਪੀਜ਼ਾ ਮੈਂ ਵੇਖ ਲਿਆ ਹੁਣ ਅਸੀਂ ਪੀਜ਼ਾ ਟਰੇ ਕਰਦੇ ਹਾਂ ਦੇਖਿਓ ਟਰੇ ਤਾਂ ਪੂਰਾ ਪੀਜ਼ਾ ਆ ਜਾਣਾ ਜੇ ਘੱਟ ਤੁਹਾਡਾ ਪੀਜ਼ਾ ਹੋ ਜਾਵੇ ਥੋੜ੍ਹਾ ਜਿਹਾ ਜੇ ਛੋਟਾ ਵੀ ਲੈ ਜਾਵੇ ਤੁਸੀਂ ਖਿੱਚ ਇਸ ਤਰ੍ਹਾਂ ਟਾਈਨ ਖਿੱਚਣਾ ਇਹਨੂੰ ਬਰਾਬਰ ਕਰ ਦੇਣਾ ਗੁੱਟ 'ਤੇ ਹੱਥ ਰੱਖ ਇਸਨੂੰ ਦਬਾਈ ਜਾਣਾ ਕਿ ਉਹ ਪੀਜ਼ਾ ਤੁਹਾਡਾ ਇਕੱਠਾ ਨਾ ਹੋ ਜਾਵੇ ਜੇ ਤੁਸੀਂ ਪਤਲਾ ਬਣਾਉਣਾ ਤਾਂ ਪਤਲਾ ਬਣਾ ਲਓ ਜੇ ਮੋਟਾ ਖਾਣਾ ਚਾਹੁੰਦੇ ਮੋਟਾ ਬਣਾ ਲਓ ਥੋੜ੍ਹਾ ਜਿਹਾ ਮੇਰਾ ਤਾਂ ਨੋਰਮਲ ਹੀ ਹੈ ਬਹੁਤਾ ਮੋਟਾ ਨਹੀਂ ਨਾ ਬਹੁਤਾ ਪਤਲਾ ਹੁਣ ਮੈਂ ਪਾਉਣੀ ਇੱਥੇ ਜਿਹੜੀ ਸੋਸ ਬਣਾਈ ਇੱਕ ਦੋ ਆਹ ਤਿੰਨ ਚਮਚ ਮੈਂ ਸੋਸ ਪਾਵਾਂਗੀ ਸੋਸ ਦਾ ਦੇਖਿਆ ਮੋਟੀ ਮੋਟੀ ਇਸ ਤਰ੍ਹਾਂ ਸੋਸ ਬਣਾਉਣੀ ਬਹੁਤੀ ਪਤਲੀ ਨਹੀਂ ਕਰਨੀ ਤੁਸੀਂ ਟਮਾਟਰ ਲੈ ਕੇ ਤਾਜ਼ੇ ਟਮਾਟਰ ਲੈ ਲਓ ਉਹਨੂੰ ਵੀ ਇਸ ਤਰ੍ਹਾਂ ਹੀ ਸੋਸ ਬਣਾ ਲਓ ਟਮਾਟਰਾਂ ਦੀ ਅੱਧਾ ਚਮਚਾ ਮੈਂ ਹੋਰ ਪਾਵਾਂਗੀ ਸੋਸ ਜ਼ਿਆਦਾ ਹੋਵੇ ਫਿਰ ਪੀਜ਼ਾ ਬੱਚੇ ਨੂੰ ਸਵਾਦ ਲੱਗਦਾ ਜੇ ਬੱਚੇ ਨੇ ਖਾਣਾ ਤੁਸੀਂ ਹਰੀ ਮਿਰਚ ਬਿਲਕੁਲ ਨਾ ਪਾਓ ਬੱਚੇ ਫੋਕਾ ਹੀ ਪਸੰਦ ਕਰਦੇ ਲਸਣ ਵੀ ਬਹੁਤ ਟੇਸਟੀ ਹੁੰਦਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਦੋ ਤਿੰਨ ਟੱਕ ਲਾਉਣੇ ਨੇ ਅਸੀਂ ਇੱਕ ਤਿੰਨ ਚਾਰ ਟੱਕ ਇਸ ਵਾਸਤੇ ਲਾਈ ਜਾਂਦੇ ਨੇ ਕਿ ਹਵਾ ਵਿੱਚ ਪੀਜ਼ਾ ਫੁੱਲੇਗਾ ਅਤੇ ਹਵਾ ਥੱਲੇ ਜਾਏਗੀ ਚੀਜ਼ ਪਾ ਰਹੀ ਹਾਂ ਪੀਜ਼ਾ ਰੈਸਟੋਰੈਂਟ ਜਾਓ ਤਾਂ ਪੀਜ਼ਾ ਉੱਥੇ ਵੀ ਇਸ ਤਰੀਕੇ ਨਾਲ ਬਣਾਉਂਦੇ ਨੇ ਤੁਸੀਂ ਮੈਕਰੋ 'ਚ ਬਣਾ ਸਕਦੇ ਹੋ ਛੋਟੀ ਓਵਨ ਤੁਹਾਡੇ ਕੋਲ ਹੋਵੇ ਛੋਟੀ ਓਵਨ 'ਚ ਵੀ ਬਣਾ ਸਕਦੇ ਹੋ ਤਵੇ 'ਤੇ ਵੀ ਪੀਜ਼ਾ ਬਣ ਜਾਂਦਾ ਫਾਨੇ 'ਚ ਬਣਾ ਕੇ ਦੱਸਾਂਗੀ ਤੁਹਾਨੂੰ ਮੈਂ ਫਾਨੇ 'ਚ ਬਹੁਤ ਵਧੀਆ ਬਣਦਾ ਵੀ ਤੁਹਾਡੇ ਕੋਲ ਓਵਨ ਹੈਗਾ ਫਾਨੇ 'ਚ ਬਣਾ ਸਕਦੇ ਹੋ ਹੁਣ ਮੈਂ ਸਮਾਨ ਪਾਉਂਦੀ ਹਾਂ ਸਭ ਤੋਂ ਪਹਿਲਾਂ ਮੈਂ ਸ਼ਿਮਲਾ ਮਿਰਚਾਂ ਪਾਵਾਂਗੀ ਪਾਪਰਿਕਾ ਵਿਰਲੀ ਵਿਰਲੀ ਗ੍ਰੀਨ ਥੋੜ੍ਹੀ ਹਰੀ ਘੱਟ ਹੈ ਰੈੱਡ ਮੇਰੇ ਕੋਲ ਜ਼ਿਆਦਾ ਨਹੀਂ ਤੁਹਾਨੂੰ ਆਟਾ ਗੁੰਨਣਾ ਸਿਖਾ ਤਾ ਜਦੋਂ ਤੁਸੀਂ ਆਟਾ ਗੁੰਨੋਗੇ ਮਨ ਕਰੇ ਪੀਜ਼ਾ ਖਾਣ ਨੂੰ ਬੱਚੇ ਮੰਗਣ ਤੁਸੀਂ ਘਰ 'ਚ ਆਟਾ ਤਿਆਰ ਕਰਕੇ ਪੀਜ਼ਾ ਬਣਾ ਸਕਦੇ ਹੋ ਬਾਹਰ ਜਾਣ ਨਾਲ ਹੁਣ ਮੈਂ ਪਾਵਾਂਗੀ ਪਾਲਕ ਡੀਪ ਫ੍ਰਿਜ ਵਾਲੀ ਪਾਲਕ ਸੀ ਇਹਨੂੰ ਮੈਂ ਗਰਮ ਕਰਕੇ ਮਾੜੀ ਜੀ ਪਾਣੀ ਪੂਣੀ ਸੁਕਾ ਲਿਆ ਇਹਦਾ ਫਿਰ ਬਹੁਤ ਵਧੀਆ ਟੇਸਟ ਮਾੜਾ ਮਾੜਾ ਲੂਣ ਲਾ ਲਿਆ ਥੋੜ੍ਹਾ ਜਿਹਾ ਲੂਣ ਸੁੱਟਿਆ ਸੀ ਵਿੱਚ ਰੈਸਟੋਰੈਂਟ ਸਟਾਈਲ 'ਚ ਮੈਂ ਪੀਜ਼ਾ ਤੁਹਾਨੂੰ ਸਿਖਾ ਰਹੀ ਹਾਂ ਸਮਾਨ ਤੁਹਾਡੇ ਕੀ ਘੱਟ ਵੀ ਕਰ ਸਕਦੇ ਹੋ ਵੱਧ ਵੀ ਕਰ ਸਕਦੇ ਆਪਣੇ ਤੁਹਾਨੂੰ ਪਸੰਦ ਜੇ ਤੁਹਾਡੇ ਕੋਲ ਘੱਟ ਸਮਾਨ ਹੈ ਤੁਸੀਂ ਘੱਟ ਪਾ ਲਓ ਜੇ ਤੁਹਾਡੇ ਕੋਲ ਜ਼ਿਆਦਾ ਤੁਸੀਂ ਜ਼ਿਆਦਾ ਪਾ ਲਓ ਇਕੱਲੇ ਕੇਜੇ ਵਾਲਾ ਵੀ ਪੀਜ਼ਾ ਬਹੁਤ ਸੋਹਣਾ ਬਣਦਾ ਮਗਰੀਟਾ ਪੀਜ਼ਾ ਇਕੱਲਾ ਬਣਾਉਣਾ ਹੋਵੇ ਹੁਣ ਮੈਂ ਸਾਰੀ ਪਾਲਕ ਪਾ ਲਈ ਚੰਗੀ ਤਰ੍ਹਾਂ ਲੀ ਵੀ ਪਾਵਾਂਗੀ ਜਿੱਥੇ ਖਾਲੀ ਜਗ੍ਹਾ ਖਾਲੀ ਖਾਲੀ ਜਗ੍ਹਾ 'ਤੇ ਰੱਖਾਂਗੀ ਕਿ ਸਾਰਾ ਹੇਠ ਉੱਤੇ ਨਹੀਂ ਪਾਉਣਾ ਸੀ ਸਮਾਨ ਅਲੱਗ ਅਲੱਗ ਟੇਸਟ ਆਉਣਾ ਚਾਹੀਦਾ ਹਰ ਚੀਜ਼ ਦਾ ਹੁਣ ਮੈਂ ਖੁੰਬਾ ਪਾਵਾਂਗੀ ਮਸ਼ਰੂਮ ਬਿਲਕੁਲ ਬਰੀਕ ਕੱਟ ਲਈਆਂ ਸੀ ਮੈਂ ਇਹ ਮੈਂ ਖਾਲੀ ਖਾਲੀ ਜਗ੍ਹਾ 'ਤੇ ਹੁਣ ਮੈਂ ਥੋੜ੍ਹੇ ਜਿਹੇ ਪਿਆਜ਼ ਪਾਉਂਦੀ ਹਾਂ ਬਿਲਕੁਲ ਬਰੀਕ ਕੱਟੇ ਹੋਏ ਨੇ ਪਿਆਜ਼ ਨਾਲ ਬਹੁਤ ਟੇਸਟੀ ਹੁੰਦਾ ਪੀਜ਼ਾ ਉਹਦੇ ਇਸ ਤਰ੍ਹਾਂ ਮੱਲ ਲੈਣੇ ਤੁਸੀਂ ਮੇਰਾ ਪੀਜ਼ਾ ਬਣ ਕੇ ਤੁਹਾਨੂੰ ਪਸੰਦ ਆਏਗਾ ਜ਼ਰੂਰ ਪਸੰਦ ਆਇਆ ਹੋਇਆ ਤੁਸੀਂ ਜ਼ਰੂਰ ਮੈਨੂੰ ਦੱਸਿਓ ਹੁਣ ਇਹ ਮਜ਼ਰੀਲਾ ਜਿਹੜਾ ਇਹਨੂੰ ਥੋੜ੍ਹਾ ਜਿਹਾ ਤੋੜ ਤੋੜ ਕੇ ਪਾ ਦਾਂਗੇ ਅਸੀਂ ਕੱਟ ਲਾਂ ਕੱਟਿਆ ਨਹੀਂ ਮੈਂ ਥੋੜ੍ਹਾ ਕੱਟ ਦਾਂਗੇ ਖਾਲੀ ਜਗ੍ਹਾ 'ਤੇ ਇਸ ਤਰ੍ਹਾਂ ਰੱਖ ਦਾਂਗੇ ਹੁਣ ਬਰੀਕ ਪੀਸ ਵੀ ਕੱਟ ਸਕਦੇ ਸੀ ਇਹ ਤਾਂ ਸਲਾਦ ਬਹੁਤ ਵਧੀਆ ਹੁੰਦਾ ਹਰੀ ਮਿਰਚ ਥੋੜ੍ਹੀ ਜਿਹੀ ਅਦਰਕ ਅਦਰਕ ਉਹਦੀ ਟੇਸਟ ਬਹੁਤ ਲੱਗਦੀ ਵਧੀਆ ਹੁੰਦਾ ਅੱਛਾ ਕੇ ਜੇ ਮੈਂ ਥੋੜ੍ਹਾ ਭੋਰ ਕੇ ਵੀ ਪਾ ਦਿੰਦੀ ਹਾਂ ਇਹਨੂੰ ਭੋਰ ਕੇ ਪਾਉਣੇ ਇਹ 'ਚ ਨਮਕ ਹੁੰਦਾ ਐਂਡ 'ਤੇ ਰਹਿ ਗਿਆ ਅਨਾਨਾਸ ਅਨਾਨਾਸ ਵੀ ਮੈਂ ਛੋਟੇ ਛੋਟੇ ਪੀਸ ਕਰਕੇ ਇਹ ਵੀ ਪਾ ਦਿੰਦੀ ਹਾਂ ਛੋਟੇ ਛੋਟੇ ਪੀਸ ਕਰ ਲਏ
ਜਿੱਦਾਂ ਆਪਣੇ ਮੂੰਹ 'ਚ ਮਿਰਚ ਆ ਜਾਵੇ, ਮਿਰਚ ਖਾਵਾਂਗੇ ਹਰੀ ਆ ਜਾਵੇ, ਫਿਰ ਪੀਜ਼ਾ ਵਿੱਚ ਮਿੱਠਾ ਆ ਜਾਵੇ ਅਤੇ ਫਿਰ ਆਪਣੀ ਟੇਸਟ ਵਧੀਆ ਰਹਿ ਜਾਂਦਾ ਹੈ। ਸਾਰਾ ਫੁੱਲ ਪੀਜ਼ਾ ਬਣ ਕੇ ਮੇਰਾ ਤਿਆਰ ਹੋ ਗਿਆ। ਹੁਣ ਮੈਂ ਉੱਪਰ ਚੀਜ਼ ਪਾਉਂਦੀ ਹਾਂ, ਉੱਪਰ ਹੁਣ ਘੱਟ ਹੀ ਪਾਵਾਂਗੇ ਚੀਜ਼, ਥੱਲੇ ਬਹੁਤ ਪਾਤਾ ਹੈ, ਦੇਖ ਲਓ ਥੱਲੇ ਕੇਜੇ ਪਾ ਲਏ। ਤੁਸੀਂ ਉੱਪਰ ਤੁਹਾਡੇ ਕੋਲ ਥੋੜ੍ਹੀ ਹੋਵੇ ਚੀਜ਼ ਬਿਲਕੁਲ ਨਾ ਪਾਓ, ਬਹੁਤ ਵਧੀਆ ਬਣੇਗਾ ਤੁਹਾਨੂੰ। ਜਿਹੜੇ ਥੱਲੇ ਵਾਲੇ ਕੇਜੇ ਨੇ ਉਹ ਆਪਣੇ ਪੱਕ ਕੇ ਉੱਪਰ ਨੂੰ ਆ ਜਾਣਗੇ। ਫਿਰ ਪੀਜ਼ਾ ਬਣ ਕੇ ਸਾਡਾ ਤਿਆਰ ਹੋ ਗਿਆ, ਹੁਣ ਅਸੀਂ ਓਵਨ 'ਚ ਪਾਉਂਦੇ ਹਾਂ। ਹਾਂ ਠੀਕ ਹੈ, ਕਿੰਨਾ ਸਵਾ ਪੀਜ਼ਾ ਬਣਨ ਡਿਆ, ਫੁੱਲਣ ਡਿਆ। ਇੱਕ ਅਸੀਂ ਥੱਲੇ ਵੀ ਪਾ ਲਿਆ, ਇੱਕ ਉੱਪਰ ਵੀ। ਪੀਜ਼ਾ ਬਣ ਕੇ ਸਾਡਾ ਤਿਆਰ ਹੋ ਗਿਆ। ਪੀਜ਼ਾ ਕਿੰਨਾ ਸਵਾ ਬਣਿਆ ਸਾਡਾ, ਹੁਣ ਅੱਧਾ ਅਸੀਂ ਕੱਟ ਰਹੇ ਹਾਂ ਪੀਜ਼ਾ। ਹੁਣ ਦੇਖਿਓ ਇਹ ਟ੍ਰੇ 'ਚ ਮੈਂ ਤਾਂ ਕੱਟ ਰਹੀ ਹਾਂ, ਪੀਜ਼ਾ ਵੱਡਾ ਹੈ ਅਤੇ ਕੱਟਣ ਵਾਲਾ ਛੋਟਾ ਸੀ, ਇਸ ਕਰਕੇ ਲੈ ਮੈਂ ਪੀਜ਼ਾ ਕੱਟ ਕੇ ਤੁਹਾਨੂੰ ਦਿਖਾਉਂਦੀ ਹਾਂ ਕਿੰਨਾ ਵਧੀਆ ਪੀਜ਼ਾ ਬਣਿਆ। ਜੇ ਤੁਸੀਂ ਵੱਡੇ ਪੀਸ ਕਰਨੇ ਆ ਤਾਂ ਵੱਡੇ ਕਰ ਸਕਦੇ, ਛੋਟੇ ਤਾਂ ਛੋਟੇ, ਬੱਚਿਆਂ ਨੂੰ ਬਹੁਤ ਪਸੰਦ ਆਏਗਾ ਪੀਜ਼ਾ ਇਵੇਂ ਦਾ, ਘਰ 'ਚ ਬਣਾਓਗੇ ਤਾਂ। ਇਹਦੇ ਤਿੰਨ ਪੀਸ ਕਰਾਂਗੇ, ਰੈਸਟੋਰੈਂਟ ਸਟਾਈਲ ਦਾ ਪੀਜ਼ਾ। ਸਮਾਨ ਦੇਖਿਆ ਕਿੰਨਾ ਪਾਇਆ, ਇਹ ਪੀਜ਼ਾ ਸਾਡਾ ਵੀ ਕਿੰਨਾ ਸੋਹਣਾ ਬਣਿਆ, ਪੀਜ਼ਾ ਬਣ ਕੇ ਤਿਆਰ ਹੈ। ਤੁਸੀਂ ਘਰ 'ਚ ਜ਼ਰੂਰ ਬਣਾਇਓ, ਮੇਰੇ ਤਰੀਕੇ ਨਾਲ ਟਰਾਈ ਕਰਿਓ, ਆਪਣੇ ਬੱਚਿਆਂ ਨੂੰ ਖਵਾਇਓ। ਜੇ ਮੇਰੀ ਵੀਡੀਓ ਪਸੰਦ ਆਈ ਹੋਵੇ ਤੁਹਾਨੂੰ, ਸ਼ੇਅਰ ਅਤੇ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਸਤਿ ਸ਼੍ਰੀ ਅਕਾਲ।